ਪੰਜਾਬ ਬਾਣੀ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਖਬਰ ਨੂੰ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਵਾਲਾ ਬੈਲ ਬਟਨ ਜ਼ਰੂਰ ਦਬਾਓ। ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਸਰਕਾਰੀ ਧਾਨ ਦੀ ਖਰੀਦ ਤੋਂ ਬਾਅਦ ਲਿਫਟਿੰਗ ਦੇ ਟੈਂਡਰ ਦਾ ਹੱਲ ਨਾ ਹੋਣ ਕਾਰਨ ਅੱਜ 12 ਦਿਨ ਤੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੇ ਝੋਨੇ ਦੇ ਅੰਬਾਰ ਮੰਡੀ 'ਚ ਲੱਗੇ ਪਏ ਵੇਖੇ ਜਾ ਸਕਦੇ ਹਨ। ਖਰੀਦ ਕੀਤੇ ਝੋਨੇ ਦੀ ਚੁਗਾਈ ਨਾ ਹੋਣ ਕਾਰਨ ਨਵੇਂ ਝੋਨੇ ਲਈ ਜਗ੍ਹਾ ਦਾ ਇੰਤਜ਼ਾਮ ਨਾ ਹੋ ਸਕਣ ਕਾਰਨ ਕਿਸਾਨ ਅਤੇ ਆੜ੍ਹਤੀ ਸੱਤਾ ਧਿਰ ਦੇ ਪੁੜਾਅ ਵਿਚਕਾਰ ਕੁੰਨ ਵਾਂਗ ਪਿਸ ਰਿਹਾ ਹੈ। ਮਾਮਲਾ ਸੱਤਾ ਧਿਰ ਦੇ ਇੱਕ ਗਰੁੱਪ ਵੱਲੋਂ ਲਿਫਟਿੰਗ ਦਾ ਟੈਂਡਰ ਹਾਸਲ ਕਰਨ ਤੋਂ ਬਾਅਦ ਗਰਮਾ ਗਿਆ, ਜਦਕਿ ਦੂਜੀ ਧਿਰ ਵੱਲੋਂ ਇਸ ਦੀ ਲਿਫਟਿੰਗ ਕੇਵਲ ਟਰੱਕਾਂ ਰਾਹੀਂ ਕਰਵਾਉਣ ਦਾ ਨਾਅਰਾ ਦੇ ਕੇ ਧਰਨੇ 'ਤੇ ਬੈਠ ਗਈ। ਨੌਬਤ ਇੱਥੋਂ ਤੱਕ ਪੁੱਜ ਗਈ ਕਿ ਇੱਕ ਟੈਂਡਰ ਰੱਦ ਕਰਵਾਉਣ ਲਈ ਫਾਜ਼ਿਲਕਾ ਦੇ ਵਿਧਾਇਕ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਜਲਾਲਾਬਾਦ ਦੇ ਵਿਧਾਇਕ ਤੱਕ ਨੂੰ ਧਰਨੇ 'ਤੇ ਬੈਠਣਾ ਪਿਆ। ਜਿਵੇਂ ਕਿਵੇਂ ਧਰਨਾਕਾਰੀ ਟੈਂਡਰ ਰੱਦ ਕਰਵਾਉਣ 'ਚ ਕਾਮਯਾਬ ਹੋ ਗਏ ਤਾਂ ਟੈਂਡਰ ਵਾਲੀ ਧਿਰ ਹਾਈਕੋਰਟ ਪੁੱਜ ਗਈ ਅਤੇ ਨਵੇਂ ਰੱਦ ਕੀਤੇ ਟੈਂਡਰ ਦੇ ਪ੍ਰਸ਼ਾਸਨੀ ਹੁਕਮਾਂ 'ਤੇ ਸਟੈਂਪ ਲੈ ਆਈ, ਪਰ ਧਾਨ ਦੀ ਲਿਫਟਿੰਗ ਫਿਰ ਵੀ ਸੰਭਵ ਨਾ ਹੋ ਸਕੀ। ਉਦੋਂ ਤੋਂ ਅੱਜ ਤੱਕ ਮੰਡੀ ਦੇ ਗੇਟ ਬਾਰ ਮੁੱਖ ਮਾਰਗ 'ਤੇ ਧਰਨਿਆਂ ਦਾ ਦੌਰ ਜਾਰੀ ਹੈ। ਅਜਿਹੀ ਹਾਲਤ 'ਚ ਪ੍ਰਸ਼ਾਸਨ ਵੀ ਮੁੱਖ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਿਹਾ, ਕਿਉਂਕਿ ਮਾਮਲਾ ਸੱਤਾ ਧਾਰੀ ਦੋਵਾਂ ਧਿਰਾਂ ਦਰਮਿਆਨ ਹੈ। ਆਓ ਤੁਹਾਨੂੰ ਵਿਖਾਉਂਦੇ ਹਾਂ ਧਰਨੇ ਵਾਲੇ ਸਥਾਨ ਤੋਂ ਸਿੱਧੀਆਂ ਤਸਵੀਰਾਂ। ਉਹ ਪਰਫਾਰਮਾ ਭਰ ਕੇ ਉੱਤੇ ਘੰਟੇ ਲਿਖੋ ਕਿ ਉਹ ਇੱਕ ਪਰਫਾਰਮਾ ਇਹ ਨਹੀਂ ਬਣਾ ਸਕਦੇ ਵੀ ਲਿਫਟਿੰਗ ਕਿੰਨੇ ਘੰਟੇ ਵਧਾਉਣੀ ਹੈ। ਸਾਡੇ ਕੋਲ ਉਹ ਵੀ ਭਰਾ ਕੇ ਉੱਤੇ ਭੇਜਣ ਕਿ ਆਹ ਲਿਫਟਿੰਗ ਅੱਜ 12 ਦਿਨ ਹੋ ਗਏ ਸੀ ਹੋਈ। ਸਾਡੇ ਸਰਕਲ ਪਰਫਾਰਮੇ ਭਰਾ ਕੇ ਜ਼ਿਮੀਂਦਾਰ ਨੂੰ ਫਰਕ ਕਰਕੇ ਸਾਨੂੰ ਵਸਾਇਆ ਜਾ ਰਿਹਾ ਹੈ ਅਤੇ ਆਪੇ ਲੜਦੇ ਰਹਿਣਗੇ ਅਤੇ ਆਪੇ ਬਾਅਦ ਛੋਟਿਆਂ ਤੋਂ ਖੁੱਦੇ ਰਹਿਣਗੇ। ਪਿੱਛੇ ਨਹੀਂ 40 ਸਾਲ ਦਾ ਮੰਡੀ ਹੋ ਗਏ ਸੀ ਅਤੇ ਮਿੱਟੀ ਖਾਂਦੇ ਰਹੋ ਔਰ ਵੱਡੇ ਮੂੰਹ ਸਰਕਾਰਾਂ ਦਾ ਜਿਹਨਾਂ ਨੇ ਕੰਮ ਕੀਤਾ ਲੱਖ ਲਾਂਹਦਾ ਹੈ। ਮੈਂ ਕਹਿੰਦਾ ਡੀਸੀ ਸਾਹਿਬ ਦੀ ਬੜੀ ਤਾਰੀਫ ਕੀਤੀ ਸੀ, ਕਰੋਨਾ ਦੇ ਵਿੱਚ ਵੀ ਬੜਾ ਵਧੀਆ ਡੀਸੀ ਆ ਗਿਆ ਯਾਰ। ਇਹ ਡੀਸੀ ਨਾਲ ਤਾਂ ਫਸਲ ਫਲ ਜਿਹੜੀ ਭਲਾ ਬੀਬੀ ਸੀ ਉਹ ਹੀ ਚੰਗੀ ਸੀ। ਬੜੇ ਦੁੱਖ ਦੀ ਗੱਲ ਹੈ, ਜੱਟਾਂ ਦੇ ਘਰੇ ਜਨਮ ਲੈ ਕੇ ਕੁੜੀਆਂ ਲੱਖ ਲੜਦਾ ਹੈ। ਇੱਕ ਵਾਰੀ ਆ ਕੇ ਸਾਨੂੰ ਪੁੱਛ ਦੱਸੀ ਵੀ ਤੁਹਾਨੂੰ ਬਿਮਾਰੀ ਕੀ ਹੈ, ਆ ਕੇ ਸਾਡਾ ਹਾਲ ਤਾਂ ਪੁੱਛ ਵੀ ਸਾਰੇ ਜੀ ਕਿਸ ਮੁਸੀਬਤ 'ਚ ਬੈਠੇ ਹਾਂ। ਡੀਸੀ ਸਾਹਿਬ ਮੈਨੂੰ ਮੈਂ ਬੜਾ ਖੁਸ਼ ਹੋਇਆ ਸੀ ਜਦ ਤੁਸੀਂ ਸਾਡੀ ਦੇ ਪੋਸਟਿੰਗ ਹੋਈ ਸੀ, ਪਰ ਅੱਜ ਮੈਨੂੰ ਐਡਾ ਦੁੱਖ ਹੋ ਰਿਹਾ ਹੈ ਕਿ ਇਸ ਡੀਸੀ ਦੇ ਨਾਲ ਦਾ ਕੋਈ ਹੋਰ ਆਉਂਦਾ ਤੇ ਪਤਾ ਨਹੀਂ ਉਹ ਕੁਛ ਕਰ ਦਿੰਦਾ ਸਾਡੇ ਵਾਸਤੇ। ਤੁਸੀਂ ਬਹੁਤ, ਮੈਂ ਤੁਹਾਡੇ ਤੇ ਬਹੁਤ ਨਾਰਾਜ਼ ਆ, ਕਿਉਂਕਿ ਤੁਸੀਂ ਸਾਡੇ ਵਾਸਤੇ ਜੋ ਕਰ ਰਹੇ ਹੋ ਬਹੁਤ ਮਾੜਾ ਕਰ ਰਹੇ ਹੋ। ਇਸ ਵਾਸਤੇ ਤੁਸੀਂ ਕਿਧਰੇ ਇਹ ਨਾ ਸੋਚੋ ਕਿ ਅਸੀਂ ਇੱਥੇ ਬੈਠੇ ਹਾਂ ਤੇ ਉਸ ਵਾਸਤੇ ਸਵੇਰੇ ਉੱਠ ਜਾਵਾਂਗੇ, ਤੁਸੀਂ ਨਹੀਂ ਆਓਗੇ ਤਾਂ ਅਸੀਂ ਤਾਂ ਉਹ ਹਾਂ ਡੀਸੀ ਸਾਹਿਬ, ਤੁਹਾਨੂੰ ਇਹਦੇ ਨਾਲ ਬਿਠਾਵਾਂਗੇ। ਇਹ ਤੁਹਾਡੇ ਦਿਮਾਗ 'ਚ ਕੋਈ ਵਹਿਮ ਹੋਵੇ ਤਾਂ ਕੱਢ ਦਿਓ ਜੇ। ਅਤੇ ਔਰ MLA ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, MLA ਸਾਹਿਬ ਉਹ ਯਾਰ ਤੈਨੂੰ ਬਣਾਇਆ ਸੀ ਅਸੀਂ ਕਿਹਾ ਵੀ ਚੱਲ ਹੋਰ ਸਾਨੂੰ ਅੰਕਲ ਦਾ ਸੱਦੇਗਾ, ਬਾਕੀ ਉਹਨਾਂ ਜਾਣ ਛੁੱਟੀ ਉਹ ਤੂੰ ਅੰਕਲ ਦਾ ਕੀ ਸਾਰਾ, ਤੂੰ ਸਾਡਾ ਹਾਲ ਹੀ ਨਹੀਂ ਆ ਕੇ ਪੁੱਛਿਆ। ਗੱਲ ਇਹ ਨਹੀਂ ਹੈਗੀ ਵੀ ਅਕਾਲੀ ਆ ਜਾਂ ਕਾਂਗਰਸੀ ਆ ਜਾਂ ਕੋਈ ਆ, ਜਿਹੜਾ ਕਾਂਗਰਸ ਦਾ ਜਿਹੜਾ ਸਾਡਾ ਆੜ੍ਹਤੀ ਐਸੋਸੀਏਸ਼ਨ ਦਾ ਇੱਕ ਭਾਈਚਾਰਾ ਹੈ, ਅਸੀਂ ਹਮੇਸ਼ਾ ਹਰ ਇੱਕ ਦੇ ਨਾਲ ਫੰਡ ਵੀ ਦਿੰਦੇ ਹਾਂ, ਜਿੱਥੇ ਸਾਨੂੰ ਫਾਹੇ ਚੜਾਉਂਦੇ ਅਸੀਂ ਚੜ੍ਹਨ ਨੂੰ ਤਿਆਰ ਹਾਂ। ਪਰ ਯਾਰ ਸਾਡੀ ਵਾਸਤੇ ਬਾਅਦ ਤੱਕ ਪੁੱਛ ਲਓ ਤੁਹਾਡੇ ਨਾਲ ਕੀ ਹੋ ਰਿਹਾ, ਪਰ ਸਾਨੂੰ ਸ਼ੌਟ ਜਾਂ ਗਾੜੀਆਂ ਦਾ ਕੌਣ ਚੱਲੂਗਾ। ਹੋਰ ਨੀ ਤਾਂ ਕਮ ਸੇ ਕਮ ਅਸੀਂ ਉੱਥੇ ਪੱਖੇ ਥੱਲੇ ਤਾਂ ਪਵਾਂਗੇ, ਲਾਠੀ ਚਾਰਜ ਵੀ ਕਰਾਉਣ ਨੂੰ ਤਿਆਰ ਹਾਂ ਅਸੀਂ, ਪਰ ਕੁਛ ਮਾੜਾ ਮੋਟਾ ਕਰੋ ਤਾਂ ਸਹੀ। ਇਸ ਵਾਸਤੇ ਭਰਾਓ ਸਭ ਤੋਂ ਲੱਖ ਲੜਦਾ ਹੈ ਸਾਡੇ ਆੜ੍ਹਤੀ ਜਿਹੜੇ ਨਹੀਂ ਆਏ। ਦੇਖੋ ਸਾਡੀ ਐਡੀ ਵੱਡੀ ਯੂਨਿਟੀ ਤੇ ਆਏ ਨੀ, ਪ੍ਰਧਾਨ ਜੀ ਥੋੜਾ ਜਿਹਾ ਸਖਤ ਹੋਵੋ, ਆਪਣੀ ਪ੍ਰਧਾਨਗੀ ਰਵੇ ਜਾਂ ਨਾ ਰਵੇ ਆਪਾਂ ਨੂੰ ਕੋਈ ਬੋਲ ਜੀ, ਆਪਾਂ ਕੀ ਲੈਣਾ। ਮੈਂ ਤਾਂ ਕਹਿੰਦਾ ਯੂਨੀਅਨ ਰਾਜ ਹੀ ਤੋੜਦੇ ਪਾਵਾਂ, ਜਿਹੜੇ ਨਹੀਂ ਜਾਂਦੇ ਪਹਿਲਾਂ ਜੀ ਇਹਨਾਂ ਨੂੰ ਘੱਟੋ ਘੱਟੋ। ਦੇਖੋ ਨਾ ਤਾਂ ਇਕੱਲਾ ਤੁਹਾਡਾ ਕੰਮ ਹੈ ਨਾ ਮੇਰਾ ਕੰਮ ਹੈ, ਸਾਰੇ ਆਪਣੇ ਭਰਾਵਾਂ ਦਾ ਕੰਮ ਹੈ। ਤੇ ਜਿਹੜੇ ਵਿੱਚ ਕਈ ਜਣੇ ਯਾਰ ਓਮ ਸੇਤੀਆ ਦੇ ਬੱਲੇ ਕੁਝ ਨਹੀਂ, ਓਮ ਸੇਤੀਆ ਕੀ ਕਰੇਗਾ, ਆਪਾਂ ਸਾਰੇ ਇਕੱਠੇ ਹਾਂ ਤੇ ਓਮ ਸੇਤੀਆ ਦੇ ਤਾਂ ਕੋਈ ਓਮ ਸੇਤੀਆ ਨਹੀਂ ਹੈਗਾ। ਗੱਲ ਇਹ ਵੀ ਜਿਹੜੇ ਬੈਠੇ ਨੇ ਅੰਦਰ ਪੱਖਿਆਂ ਦੇ ਥੱਲੇ ਯਾਰ ਕੰਮ ਚਲਾਈ ਜਾਂਦੇ ਨੇ, ਕਿਤੇ ਮੂੰਹ ਤੁਹਾਡਾ ਜਿਹੜੇ ਬੈਠੇ ਜਿਹੜੇ ਇੱਥੇ ਨਹੀਂ ਆਏ, ਜੇ ਹੈਗੇ ਨੇ ਮਰਦ ਦੇ ਬੱਚੇ ਤਾਂ ਆਓ ਇੱਥੇ, ਹੈਗੀਆਂ ਬੇਡਾਂ ਜਦੋਂ ਕੇ ਖਾਓ। ਆੜ੍ਹਤੀ ਐਸੋਸੀਏਸ਼ਨ, ਆੜ੍ਹਤੀ ਐਸੋਸੀਏਸ਼ਨ, ਪੰਜਾਬ ਸਰਕਾਰ, ਪੰਜਾਬ ਸਰਕਾਰ, ਟੋਲਾ ਯੂਨੀਅਨ, ਕਿਸਾਨ ਯੂਨੀਅਨ, ਬਰਜੇਜਰ ਯੂਨੀਅਨ, ਆੜ੍ਹਤੀ ਐਸੋਸੀਏਸ਼ਨ, ਸਾਡਾ ਹੁਣ ਡੀਸੀ ਕਹਿ ਦੋ ਮੁਰਦਾਬਾਦ। ਵੈਸੇ ਮੈਂ ਕਹਿਣਾ ਚਾਹੁੰਦਾ ਮੇਰਾ ਦਿਲ ਕਰਦਾ ਹੈ
ਕਿਉਂਕਿ ਜੇ ਸਾਡੀ ਸੁਣਨੀ ਨਹੀਂ ਤਾਂ ਫਿਰ ਮੁਰਦਾਬਾਦ ਤਾਂ ਕਰਨਾ ਪੈਣਾ ਹੈ। ਡਿਪਟੀ ਕਮਿਸ਼ਨਰ ਮੁਰਦਾਬਾਦ 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 ਡਿਪਟੀ ਕਮਿਸ਼ਨਰ ਮੁਰਦਾਬਾਦ 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 ਐਮਐਲਏ ਸਾਹਿਬ ਵਾਸਤੇ ਵੀ ਕਹਿ ਦਈਏ ਕਿ ਇਹ ਕਿਹੜਾ ਆਪਣਾ ਮਸਤੀ ਦਾ ਪੁੱਤਰ ਹੈ। ਐਮਐਲਏ ਸਾਹਿਬ ਮੁਰਦਾਬਾਦ ਮੁਰਦਾਬਾਦ ਇਹਨੇ ਸਾਡੀ ਸੁਣੀ ਨਹੀਂ ਆ ਕੇ ਆਪਣੇ ਵਾਸਤੇ ਵਿਚਾਰਾ ਸਾਡੇ ਕੋਲ ਰੋਟੀ ਨਾ ਰਹੇਗੀ ਸਾਡਾ ਘਰ ਹੈ ਦੱਸ ਕੋਈ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਕਿਸਾਨਾਂ ਵੱਲੋਂ ਇਹ ਜੋ ਪ੍ਰਸ਼ਾਸਨ ਦੇ ਖਿਲਾਫ ਸਾਹਮਣੇ ਦਿੱਤਾ ਜਾ ਰਿਹਾ ਹੈ। ਇਹ ਧਰਨਾ ਜੋ ਪਿਛਲੇ 10-15 ਦਿਨਾਂ ਤੋਂ ਲਿਫਟਿੰਗ ਦੀ ਸਮੱਸਿਆ ਚੱਲ ਰਹੀ ਹੈ। ਮੰਡੀ ਦੇ ਵਿੱਚ ਝੋਨੇ ਦੇ ਬੋਰੀਆਂ ਦੇ ਅੰਬਾਰ ਲੱਗ ਗਏ ਨੇ। ਕਿਸਾਨ ਪਰੇਸ਼ਾਨ ਹੈ, ਆੜ੍ਹਤੀ ਪਰੇਸ਼ਾਨ ਹੈ, ਨਾ ਕੋਈ ਨਵੀਂ ਢੇਰੀ ਆ ਪਾ ਰਹੀ ਹੈ। ਕਿਸਾਨਾਂ ਕੋਲ ਮੰਡੀ ਵਿੱਚ ਝੋਨਾ ਸੱਟਣ ਜਗ੍ਹਾ ਨਹੀਂ ਹੈ। ਵਿਚਾਰੇ ਕਿਸਾਨ ਕਿਰਾਏ 'ਤੇ ਟਰਾਲੀਆਂ ਕਰਕੇ ਲੈ ਕੇ ਇੱਥੇ ਝੋਨਾ ਲੈ ਕੇ ਆਉਂਦੇ ਨੇ ਅਤੇ ਅੱਗੋਂ ਥਾਂ ਨਹੀਂ ਹੁੰਦੀ ਕਿਉਂਕਿ ਲਿਫਟਿੰਗ ਦਾ ਕੰਮ ਵੱਧ ਪਿਆ। ਇਹ ਮੈਂ ਸਮਝਦਾ ਇੱਥੋਂ ਦੇ ਪ੍ਰਸ਼ਾਸਨ ਦੀ, ਕਾਂਗਰਸ ਸਰਕਾਰ ਦੀ, ਇੱਥੋਂ ਦੇ MLA ਦਵਿੰਦਰ ਘਵਾਇਆ ਉਹਨਾਂ ਦੀ ਨਾਕਾਮੀ ਹੈ ਜੋ ਇੱਕ ਟੈਂਡਰ ਕਰਕੇ ਤਾਂ ਇੱਥੇ ਧਰਨਾ ਲਾ ਸਕਦੇ ਨੇ, ਪਰ ਅੱਜ ਜੋ ਧਰਨਾ ਆੜ੍ਹਤੀ ਦੇ ਐਸੋਸੀਏਸ਼ਨ ਵੱਲੋਂ, ਕਿਸਾਨਾਂ ਵੱਲੋਂ, ਮਜ਼ਦੂਰਾਂ ਵੱਲੋਂ ਲਗਾਇਆ ਗਿਆ ਉਹਦੇ ਵਿੱਚ ਨਹੀਂ ਆਏ। ਉਹਨਾਂ ਨੂੰ ਸਿਰਫ ਟੈਂਡਰ ਵਾਲੇ ਆਪਦੇ ਚਾਹੀਦੇ ਪਿਆਰੇ ਹਨ, ਨਾ ਤਾਂ ਕੋਈ ਕਿਸਾਨ ਪਿਆਰਾ, ਨਾ ਆੜ੍ਹਤੀ ਪਿਆਰਾ, ਨਾ ਕੋਈ ਮਜ਼ਦੂਰ ਪਿਆਰਾ, ਨਾ ਕੋਈ ਦੁਲਿਆ, ਨਾ ਫਾਜ਼ਿਲਕਾ ਸ਼ਹਿਰ ਨਾਲ ਪਿਆਰ। ਉਹ ਸਿਰਫ ਆਪਣੇ ਜਿਹੜੇ ਹਿੱਤਾਂ ਲਈ ਜੋ ਇਹਨਾਂ ਨੇ ਹਿੱਸੇਪਤੀਆਂ ਲੈਣੀਆਂ ਉਹਨਾਂ ਨੂੰ ਉਹ ਪਿਆਰੇ ਨੇ, ਲੋਕਾਂ ਦੀ ਕੋਈ ਪਰਵਾਹ ਨਹੀਂ। ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ, ਜੇ ਆੜ੍ਹਤੀਆਂ ਦੀ, ਇਹਨਾਂ ਦੀ, ਮਜ਼ਦੂਰਾਂ ਦੀ ਜਾਂ ਜਿੰਨੇ ਵੀ ਇੱਥੇ ਕਿਸਾਨਾਂ ਦੀ ਮੰਗ ਹੈ ਨਾ ਮੰਨੀ ਤਾਂ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ। ਅਸੀਂ ਆੜ੍ਹਤੀ ਯੂਨੀਅਨ ਰਲ ਕੇ ਜਿਵੇਂ ਇਹ ਡਿਊਟੀ ਲਾਉਣਗੇ ਇਹਨਾਂ ਦੇ ਨਾਲ ਰਲ ਕੇ ਇਹ ਸਰਕਾਰ ਦੇ ਇੱਟ ਨਾਲ ਇੱਟ ਖੜਕਾ ਦੇ। ਆੜ੍ਹਤੀ ਐਸੋਸੀਏਸ਼ਨ 6-7 ਵਾਰ ਆਦੀ ਡੈਪੂਟੀ ਕਮਿਸ਼ਨਰ ਟੀਮ ਦੇ ਨਾਲ DC ਸਾਹਿਬ ਨੂੰ ਮਿਲਣ ਗਿਆ। ਇਸ ਸਾਡੀ ਮੰਡੀ ਦੇ ਵਿੱਚ 10-12 ਦਿਨ ਤੋਂ ਲਿਫਟਿੰਗ ਜਿਹੜੀ ਸੁਚਾਰੂ ਰੂਪ ਨਾਲ ਨਹੀਂ ਚੱਲ ਰਹੀ, ਪਰ ਵਾਰੀ ਵਾਰੀ DC ਸਾਹਿਬ ਸਾਨੂੰ ਇੱਕ ਲਾਰਾ ਦੇ ਕੇ ਉੱਥੋਂ ਤੋੜ ਦਿੰਦੇ ਨੇ। ਅੱਜ ਸ਼ੁਰੂ ਹੋ ਜਾਊਗੀ, ਕੱਲ੍ਹ ਸ਼ੁਰੂ ਹੋ ਜਾਊਗੀ, ਪਤਾ ਨਹੀਂ ਸਾਡੇ DC ਸਾਹਿਬ ਕਿਹਦੇ ਕੋਲ ਡਰਦੇ ਨੇ, ਕੀ ਉਹਨਾਂ ਦੇ ਦਿਮਾਗ ਵਿੱਚ ਹੈ, ਕਿਉਂ ਆੜ੍ਹਤੀ ਐਸੋਸੀਏਸ਼ਨ ਨੂੰ ਤੰਗ ਕਰਦੇ। ਇਸ ਕਰਕੇ ਸਾਡੀ ਤਾਂ ਇੱਕੋ ਹੀ ਗੁਜ਼ਾਰਿਸ਼ ਹੈ DC ਸਾਹਿਬ ਅੱਗੇ ਵੀ ਸਾਡਾ ਮਾਲ ਜਲਦੀ ਜਲਦੀ ਲਿਫਟ ਕਰਾਇਆ ਜਾਵੇ ਅਤੇ ਸਾਡੀ ਮੰਡੀ ਨੂੰ ਨਵਾਂ ਮਾਲ ਆਵੇ। ਸਾਡੀ ਮੰਡੀ ਦੇ ਵਿੱਚ ਕੋਈ ਜਗ੍ਹਾ ਨਹੀਂ। ਅੱਜ ਦੀ ਤਰੀਕ ਦੇ ਵਿੱਚ 5 ਲੱਖ ਬੈਗ ਸਾਡੀ ਮੰਡੀ ਦੇ ਵਿੱਚ ਭਰਿਆ ਪਿਆ, ਜੋ ਚੱਕਿਆ ਨਹੀਂ ਜਾ ਰਿਹਾ। ਉਹਦੀ ਜਿਹੜੀ ਸ਼ੋਰਟੇਜ ਹੈ, ਉਹਦੀ ਸ਼ੋਰਟੇਜ ਦਿਨ ਬ ਦਿਨ ਵੱਧ ਰਹੀ ਹੈ। ਇਸ ਕਰਕੇ ਉਹ ਸ਼ੋਰਟੇਜ ਦਾ ਕੌਣ ਜ਼ਿੰਮੇਵਾਰ ਹੋਏਗਾ? ਇਸ ਕਰਕੇ ਸਾਡੀ ਗੁਜ਼ਾਰਿਸ਼ ਹੈ ਪ੍ਰਸ਼ਾਸਨ ਅੱਗੇ ਵੀ ਉਹ ਜਲਦੀ ਜਲਦੀ ਸਾਡਾ ਮਾਲ ਚੁਕਾਵੇ, ਅਤੇ ਬਹੁਤ ਬਹੁਤ ਧੰਨਵਾਦ।